ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਉਹ ਪਵਿੱਤਰ ਘਾਟ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਹਿਬੇ ਮਿਲਾ ਦੀਆਂ 21 ਕੁਲਾ ਤਰਨਾ ਵਰ ਦਿੱਤਾ। ਇਤਿਹਾਸ ਵਿੱਚ ਆਉਂਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਸੈਣੀ ਅਤੇ ਨੰਦੌਣ ਦਾ ਜੇ ਜਿੱਤ ਕੇ ਅਨੰਦਪੁਰ ਸਾਹਿਬ ਆਏ, ਅਨੰਦਪੁਰ ਸਾਹਿਬ ਆਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪਿੰਡ ਭਭੌਰ ਦੇ ਰਾਜਾ ਰਤਨ ਚੰਦ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਪਿੰਡ ਭਭੌਰ ਨੂੰ ਆਉਣਾ ਕੀਤਾ। ਜਦੋਂ ਇੱਥੋਂ ਦੇ ਮਲਾਹਾਂ ਨੂੰ ਇਹ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘਾਟ 'ਤੇ ਆ ਰਹੇ ਨੇ, ਹਰ ਇੱਕ ਮਲਾਹ ਨੇ ਆਪਣੀ ਆਪਣੀ ਬੇੜੀ ਸ਼ਿੰਗਾਰ ਲਈ, ਰੰਗ ਰੋਗਨ ਕਰਕੇ ਵਧੀਆ ਬਣਾ ਲਈਆਂ ਕਿ ਗੁਰੂ ਜੀ ਆਣਗੇ ਸਾਡੀ ਬੇੜੀ ਵਿੱਚ ਬੈਠਣਗੇ, ਸਾਨੂੰ ਵਧੀਆ ਇਨਾਮ ਮਿਲੇਗਾ। ਉਹਨਾਂ ਵਿੱਚੋਂ ਸੈਦਾ ਮਲਾਹ, ਜਿਹਦਾ ਇਤਿਹਾਸ ਨੇ ਪੱਕਾ ਨਾਂ ਰੁਕਨਦੀਨ ਦੱਸਿਆ ਹੈ, ਬਹੁਤ ਗਰੀਬ ਹੋਣ ਕਰਕੇ ਆਪਣੀ ਬੇੜੀ ਨਾ ਸ਼ਿੰਗਾਰ ਸਕਿਆ। ਬਾਕੀ ਦੇ ਮਲਾਹਾਂ ਨੂੰ ਉਹਦੀ ਬੇੜੀ ਨੂੰ ਸਾਈਡ ਨੂੰ ਧੱਕ ਦਿੱਤਾ ਕਿ ਆਪਣੀ ਟੁੱਟੀ ਹੋਈ ਬੇੜੀ ਨੂੰ ਪਰੇ ਨੂੰ ਕਰ ਲੈ, ਸਾਡੀਆਂ ਵੀ ਬੇੜੀਆਂ ਦੀ ਸ਼ੋਅ ਨਾ ਖਰਾਬ ਕਰ। ਸਾਧ ਸੰਗਤ ਜੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘਾਟ 'ਤੇ ਆਏ
ਆ ਕੇ ਹਰ ਕਮਲਾ ਦੇ ਕੋਲ ਜਾ ਕੇ ਪੁੱਛਣਾ ਕੀਤਾ, ਇਹ ਬੇੜੀ ਕਿਸਦੀ ਹੈ? ਆਖਣ ਲੱਗੇ ਮੇਰੀ ਹੈ। ਦੂਸਰੇ ਪਾਸੇ ਇਸ਼ਾਰਾ ਕੀਤਾ, ਇਹ ਬੇੜੀ ਕਿਸਦੀ ਹੈ? ਆਖਣ ਲੱਗੇ ਮੇਰੀ ਹੈ। ਜਿਸ ਜਿਸ ਦੀ ਬੇੜੀ ਸੀ ਉਸਨੇ ਇਹੋ ਉੱਤਰ ਦਿੱਤਾ ਕਿ ਮੇਰੀ ਹੈ। ਹੁਣ ਜਿੱਥੇ ਮੈਂ ਉੱਥੇ ਤੂੰ ਦਾ ਵਾਸਾ ਨਹੀਂ ਹੋਇਆ ਕਰਦਾ। ਸਤਿਗੁਰਾਂ ਦੇ ਸਾਹਮਣੇ ਤੱਕਿਆ, ਸੈਦਾ ਮਲਾਹ ਜੋੜ ਕੇ ਖੜਾ। ਸਤਿਗੁਰਾਂ ਦੇ ਸੈਦੇ ਮਾਂ ਮਲਾਹ ਵੱਲ ਇਸ਼ਾਰਾ ਕੀਤਾ, ਇਹ ਬੇੜੀ ਕਿਸਦੀ ਹੈ? ਦੋਵੇਂ ਹੱਥ ਜੋੜ ਕੇ ਨਿਮਰਤਾ ਨਾਲ ਆਖਿਆ, ਸਤਿਗੁਰੂ ਜੀ ਤੁਹਾਡੀ ਹੈ, ਸਾਡੀ ਹੈ, ਚੱਲ ਫਿਰ ਸਾਨੂੰ ਦਰਿਆ ਤੋਂ ਪਾਰ ਕਰ ਦੇ। ਆ ਸਤਿਗੁਰੂ ਮਹਾਰਾਜ ਸੈਦੇ ਮਲਾਹ ਦੀ ਬੇੜੀ ਵਿੱਚ ਬੈਠ ਗਏ। ਸਿੰਘਾਂ ਨਾਲ ਸਵਾਰ ਹੋ ਕੇ ਸੈਦੇ ਮਲਾਹ ਨੇ ਚੱਪੂ ਮਾਰਨੇ ਸ਼ੁਰੂ ਕਰ ਦਿੱਤੇ। ਨਾ ਇਹ ਸਤਿਗੁਰਾਂ ਦਾ ਮੁਖੜਾ ਤੱਕੀ ਜਾਂਦਾ, ਨਾ ਇਹ ਚੱਪੂ ਮਾਰੀ ਜਾਂਦਾ। ਅੱਧ ਬਾਟੇ ਜਾ ਕੇ ਬੇੜੀ ਨੂੰ ਗੱਬੇ ਗੱਬੇ ਘੁਮਾਈ ਜਾਂਦਾ। ਸਿੰਘਾਂ ਨੇ ਆਖਿਆ, ਸਤਿਗੁਰੂ ਜੀ ਇਹਦੇ ਮਨ ਵਿੱਚ ਕੋਈ ਖੋਟ ਆ ਗਿਆ, ਬੇੜੀ ਕਿਨਾਰੇ ਨਹੀਂ ਲਾਉਂਦਾ। ਸਤਿਗੁਰੂ ਨੇ ਆਖਿਆ, ਸੈਦਿਆ ਕੀ ਗੱਲ, ਬੇੜੀ ਕਿਨਾਰੇ ਨਹੀਂ ਲਾਉਂਦਾ? ਆਖਣ ਲੱਗਿਆ, ਸਤਿਗੁਰੂ ਜੀ ਜੇ ਬੇੜੀ ਕਿਨਾਰੇ ਲਾਈ ਤੁਸੀਂ ਉਤਰਨਾ ਆਪਣੇ ਰਸਤੇ ਪੈ ਜਾਣਾ, ਮੇਰੀ ਤਾਂ ਇੱਛਾ ਵੀ ਪੂਰੀ ਨਹੀਂ ਹੋਈ ਤੁਹਾਡੇ ਦਰਸ਼ਨ ਕਰਕੇ। ਆਖਿਰਕਾਰ ਸੈਦੇ ਮਲਾਹ ਨੇ ਬੇੜੀ ਕਿਨਾਰੇ ਲਾਈ। ਆ ਸਤਿਗੁਰੂ ਮਹਾਰਾਜ ਸੈਦੇ ਮਲਾਹ ਦੇ ਬੜੇ ਪ੍ਰਸੰਨ ਹੋਏ, ਉਹ ਸੋਨੇ ਦੀਆਂ ਮੋਹਰਾਂ ਦੇ ਕੇ ਸੈਦੇ ਮਲਾਹ ਦੀ ਗਰੀਬੀ ਦੂਰ ਕਰਨ ਲੱਗੇ, ਪਰ ਸੈਦੇ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਸਤਿਗੁਰਾਂ ਨੇ ਫਿਰ ਆਖਿਆ, ਸੈਦਿਆਂ ਲੈ ਲੈ। ਆਖਣ ਲੱਗਾ, ਸਤਿਗੁਰੂ ਜੀ ਮਲਾਹ ਕਦੇ ਮਲਾਹ ਤੋਂ ਪੈਸੇ ਨਹੀਂ ਲੈਂਦਾ। ਇਹ ਤੀਸਰਾ ਬਚਨ ਸਤਿਗੁਰਾਂ ਨੇ ਆਖਿਆ, ਸੈਦਿਆ ਕੋਈ ਮੰਗ ਲੈ ਫਿਰ। ਸਤਿਗੁਰੂ ਤੁੱਠੇ ਨੇ ਤੇਰੇ ਤੇ, ਕੋਈ ਮੰਗ ਲੈ। ਆਖਣ ਲੱਗਾ, ਸਤਿਗੁਰੂ ਜੀ ਜੇ ਤੁੱਠੇ ਹੋਣਾ ਤਾਂ ਕਿਰਪਾ ਕਰਿਓ, ਤੁਸੀਂ ਇਸ ਘਾਟ ਤੇ ਆਏ ਹੋ, ਮੈਂ ਤੁਹਾਨੂੰ ਦਰਿਆ ਤੋਂ ਪਾਰ ਕੀਤਾ, ਜੋ ਮੈਂ ਤੁਹਾਡੇ ਘਾਟ ਤੇ ਜਾਵਾਂਗਾ ਮੈਨੂੰ ਭਵ ਸਾਗਰ ਤੇ ਪਾਰ ਕਰ ਦਿਓ। ਸਾਧਸੰਗ ਜੀ ਜਿੱਥੋਂ ਇਤਨੇ ਨਿਮਰਤਾ ਭਰੇ ਬਚਨ ਸਤਿਗੁਰਾਂ ਨੇ ਸੈਦੇ ਮਲਾਹ ਦੀ ਜ਼ਬਾਨ ਤੋਂ ਸੁਣੇ। ਸਤਿਗੁਰਾਂ ਨੇ ਆਖਿਆ, ਸੈਦਿਆ ਤੂੰ ਸਾਡੇ ਸਮੇਤ 21 ਰੂਹਾਂ ਪਾਰ ਕੀਤੀਆਂ, ਤੇਰੀਆਂ 21 ਕੁੱਲਾਂ ਤਰਨਗੀਆਂ। ਸੋ ਸਾਧਸੰਗ ਜੀ ਇਹ ਉਹ ਪਵਿੱਤਰ ਘਾਟ ਹੈ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਸੈਦੇ ਮਲਾਹ ਦੀਆਂ 21 ਕੁੱਲਾਂ ਤਰਨ ਦਾ ਵਰ ਦਿੱਤਾ, ਜਿੱਥੇ ਆ ਕੇ ਹਰ ਸਾਲ ਹਰ ਰੋਜ਼ ਸੰਗਤਾਂ ਆ ਕੇ ਇਸ਼ਨਾਨ ਪਾਣੀ ਕਰਦੀਆਂ ਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੀਆਂ ਹਨ। ਇਹ ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਤੋਂ 21 ਕਿਲੋਮੀਟਰ ਦੂਰੀ 'ਤੇ ਹੈ, ਨੰਗਲ ਡੈਮ ਵੱਲ ਨੂੰ। ਅਤੇ ਇੱਥੇ ਸਥਾਨ 'ਤੇ ਹਰ ਸਾਲ ਸੰਗਤਾਂ ਆਉਂਦੀਆਂ, ਹੋਲਾ ਮਹੱਲਾ ਪੂਰਾ ਇੱਥੇ ਚੜ੍ਹਦਾ ਮੰਨਦਾ ਹੈ। ਸੰਗਤਾਂ ਬਹੁਤ ਆਉਂਦੀਆਂ ਇੱਥੇ ਅਤੇ ਆਪਣੀਆਂ ਮਨੋਕਾਮਨਾ ਇੱਥੇ ਘਾਟ 'ਤੇ ਆ ਕੇ ਇਸ਼ਨਾਨ ਪਾਣੀ ਕਰਕੇ ਪੂਰੀਆਂ ਕਰਦੀਆਂ। ਸੋ ਆਈਆਂ ਸੰਗਤਾਂ ਦਾ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।